ਨਹਿਰ ਦੀ ਲਾਈਨਿੰਗ ਹੈ ਜਿਹੜੀ, ਉਹ ਲਾਈਨਿੰਗ ਹੈ ਲਗਭਗ 15-20 ਫੁੱਟ, ਉਹ ਲਾਈਨਿੰਗ ਟੁੱਟ ਗਈ ਹੈ। ਉਹਦਾ ਕਾਰਨ ਇਹ ਹੈ ਪੁਲ 'ਤੇ ਜਿਹੜੇ ਕ੍ਰੋਸ ਰੈਗੂਲੇਟਰ ਹੈ ਜਿਹੜਾ, ਉਹਦੀ ਕਪੈਸਿਟੀ ਹੈ ਜਿਹੜੀ, ਉਹ ਪੂਰਾ ਪਾਣੀ ਖਿੱਚਣ ਦੀ ਹੈ ਨਹੀਂ। ਪਹਿਲੀ ਬਾਰਿਸ਼ ਦੇ ਨਾਲ ਹੀ ਦੇਖ ਲਓ ਤੁਸੀਂ ਕੀ ਕੁਛ ਹੋ ਗਿਆ, ਤੇ ਪ੍ਰਸ਼ਾਸਨ ਬਿਲਕੁਲ ਨਹੀਂ ਧਿਆਨ ਦੇ ਰਿਹਾ ਇਹਨਾਂ ਚੀਜ਼ਾਂ ਕੰਨੀ। ਨਾਭਾ ਬਲਾਕ ਦੇ ਪਿੰਡ ਚੂਹੀ ਦੀਆਂ ਇਹ ਘੱਗਰ ਬਰਾਜ ਤੋਂ ਜੋ ਪਾਣੀ ਆ ਰਿਹਾ ਕਾਫੀ ਤੇਜ਼ ਵਹਾਅ ਗਾ, ਕਿਉਂਕਿ ਜੋ ਸਾਈਡਾਂ ਨੇ ਨਹਿਰ ਦੀਆਂ ਉਹ ਵੀ ਪਟੜੀ ਹੈ, ਜੋ ਤੁਹਾਨੂੰ ਤਸਵੀਰ ਕਰੇ ਪਟੜੀ ਜਿਹੜੀ ਹੈਗੀ ਆ ਉਹ ਖੁਰਲੀ ਸ਼ੁਰੂ ਹੋ ਗਈ ਆ, ਕਿਉਂਕਿ ਪਿੰਡ ਵਿੱਚ ਵੀ ਸ਼ਰਮ ਦਾ ਮਾਹੌਲ ਆ, ਕਿਉਂਕਿ ਪਹਿਲੀ ਵਾਰੀ ਹੋਇਆ ਕਿ ਇੰਨਾ ਪਾਣੀ ਪਿੰਡ ਵਾਲੇ ਦੇਖ ਰਹੇ ਨੇ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇੱਥੇ ਕੋਈ ਪੱਕਾ ਹੱਲ ਨਾ ਕੀਤਾ ਇਸ ਦਾ ਵੱਡਾ ਨੁਕਸਾਨ ਵੀ ਹੋ ਸਕਦਾ। ਕਿਸ ਤਰ੍ਹਾਂ ਦੇਖਦੇ ਹੋ ਜੋ ਇੱਥੇ ਪਟੜੀ ਟੁੱਟੀ ਹੈਗੀ, ਜੋ ਖੁਰਨੀ ਸ਼ੁਰੂ ਹੋ ਗਈ, ਕਿਸ ਤਰ੍ਹਾਂ ਦੇਖਦੇ ਤੁਸੀਂ, ਕਿੰਨਾ ਕੁ ਨੁਕਸਾਨ ਮੰਨਦੇ ਹੋ? ਅਜੇ ਤਾਂ ਜੀ ਪਹਿਲੀ ਬਾਰਿਸ਼ ਹੋਈ ਹੈ, ਇਹ ਸਾਡੇ ਬਾਰਿਸ਼ ਹੀ ਪਹਿਲੀ ਹੋਈ ਹੈ। ਪਹਿਲੀ ਬਾਰਿਸ਼ ਦੇ ਨਾਲ ਹੀ ਦੇਖ ਲਓ ਤੁਸੀਂ ਕੀ ਕੁਛ ਹੋ ਗਿਆ, ਤੇ ਪ੍ਰਸ਼ਾਸਨ ਬਿਲਕੁਲ ਨਹੀਂ ਧਿਆਨ ਦੇ ਰਿਹਾ ਇਹਨਾਂ ਚੀਜ਼ਾਂ ਕੰਨੀ, ਤੇ ਜੀਰੋ ਗਰਾਊਂਡ ਤੇ ਗੱਲਾਂ ਹੋਰ ਨੇ, ਮੈਕ ਤੇ ਗੱਲਾਂ ਕੁਛ ਹੋਰ ਨੇ, ਕਹਿਣ ਨੂੰ ਭਾਸ਼ਣ ਦੇਈ ਜਾਂਦੇ ਆ ਲੇਕਿਨ ਗੌਰ ਕੋਈ ਨਹੀਂ ਕਰਦਾ ਇਹਨਾਂ ਚੀਜ਼ਾਂ ਤੇ। ਤੁਸੀਂ ਹੁਣ ਆਪ ਦੇਖ ਲਓ, ਇਹ ਹਜੇ ਤਾਂ ਇਹ ਜਗ੍ਹਾ ਇੰਨੀ ਪੱਕੀ ਹੈ, ਇੱਥੋਂ ਦੀ ਸੜਕ ਹੁੰਦੀ ਸੀ, ਜੇ ਕਿਤੇ ਕੱਚੀ ਜਗ੍ਹਾ ਹੁੰਦੀ ਹੁਣ ਨੂੰ ਤਾਂ ਸਾਰਾ ਕੁਝ ਡੁੱਬਿਆ ਹੁੰਦਾ ਇਧਰਲੇ ਏਰੀਆ। ਬਹੁਤ ਜ਼ਿਆਦਾ ਪਾਣੀ ਦਾ ਵਹਾਓ ਵੀ ਬਹੁਤ ਤੇਜ਼ ਹੈ ਜੀ, ਤੇ ਅਜੇ ਬਾਰਿਸ਼ ਹੋਰ ਵੀ ਹੋ ਸਕਦੀ ਆ। ਇਹਨਾਂ ਪ੍ਰਸ਼ਾਸਨ ਨੂੰ ਚਾਹੀਦਾ ਜਲਦੀ ਗੌਰ ਕੀਤੀ ਜਾਵੇ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਜੀ ਇਹ। ਜਿਹੜੇ ਪਿੱਛੋਂ ਆ ਰਹੇ ਦੱਸ ਰਹੇ ਨੇ ਵੀ ਘੱਗਰ ਦਰਿਆ ਦਾ, ਘੱਗਰ ਬਰਾਂਚ ਦਾ ਜਿਹੜਾ ਹੈਗਾ ਪਾਣੀ ਆ ਰਿਹਾ ਹੈਗਾ, ਇਹ ਅੱਗੇ ਕਿੱਥੇ ਜਾਂਦਾ, ਕੀ ਲੱਗਦਾ ਵੀ ਵਿੱਚ ਜਿਹੜਾ ਹੈਗਾ ਜੋ ਅੱਗੇ ਵੀ ਇਹ ਜਿਹੜੀ ਢਾਗ ਲੱਗ ਰਹੀ ਹੈਗੀ ਉੱਥੋਂ ਵੀ ਪਾਣੀ ਨਿਕਲਣ ਨੂੰ ਜਗ੍ਹਾ ਨਹੀਂ ਹੈਗੀ? ਇਹ ਤਾਂ ਜੀ ਉਹ ਗੇਟ ਖੋਲਤੇ, ਜੇ ਨਾ ਗੇਟ ਖੋਲੇ ਹੁੰਦੇ ਹੁਣ ਨਹਿਰ ਟੁੱਟੀ ਹੁੰਦੀ ਹੈ। ਦੋ ਨਹਿਰਾਂ ਦਾ ਪਾਣੀ ਇਹਦੇ ਵਿੱਚ ਪੈਂਦਾ ਜੀ, ਇੱਕ ਦਰਾਹਾ ਤੋਂ ਤੇ ਇੱਕ ਭਾਖੜਾ ਦਾ, ਦੋ ਨਹਿਰਾਂ ਦਾ ਪਾਣੀ ਰੋਟੀ ਪੁਲ ਤੇ ਆ ਕੇ ਇਕੱਠਾ ਹੋ ਜਾਂਦਾ, ਇਸ ਕਰਕੇ ਪਾਣੀ ਬਹੁਤ ਜ਼ਿਆਦਾ ਪਿੱਛੋਂ ਹੋਰ ਵੀ ਆ ਸਕਦਾ ਵੱਧ, ਇਹਦੀ ਬਹੁਤ ਜਲਦੀ ਗੌਰ ਕਰਨੀ ਚਾਹੀਦੀ ਆ। ਸਾਡੀ ਤਾਂ ਨਗਰ ਵਾਲਿਆਂ ਦੀ ਇਹੀ ਬੇਨਤੀ ਹੈ, ਬਾਕੀ ਸਾਡੇ ਨਗਰ ਨੂੰ ਬਹੁਤ ਜ਼ਿਆਦਾ ਇਹਦੇ ਚਿੰਤਾ ਜੀ। ਤੁਹਾਡਾ ਨਗਰ ਵੀ ਜਿਹੜਾ ਕਾਫੀ ਨੀਵਾਂ ਦਾ, ਇਹ ਕਾਫੀ ਉੱਚੀ ਜ਼ਿਆਦਾ ਨੀਵਾਂ, ਸਾਡੇ ਜੀ ਦੂਸਰੀ ਮੰਜ਼ਿਲ ਦੀਆਂ ਛੱਤਾਂ ਇਹ ਪੁਲ ਦੀ ਮਹਾਰ ਨੇ, ਦੂਸਰੀ ਮੰਜ਼ਿਲ ਦੀਆਂ ਛੱਤਾਂ ਇਹ ਪੁਲ ਦੀ ਮਹਾਰ ਨੇ ਜੀ। ਅਗਰ ਕੋਈ ਨੁਕਸਾਨ ਹੁੰਦਾ ਤਾਂ ਇਹੋ ਜਿਹਾ ਹੁੰਦਾ ਤਾਂ ਸਾਡੇ ਤਾਂ ਪਿੰਡ ਬਹੁਤ ਜ਼ਿਆਦਾ ਰੁੜ ਜਾਣਗੇ, ਇੱਧਰ 25-30 ਪਿੰਡਾਂ ਤੱਕ ਜਾ ਕੇ ਮਾਰ ਕਰੂਗਾ ਇਹ। ਇਹਦੀ ਗੌਰ ਕੀਤੀ ਜਾਵੇ, ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹਦੀ ਬਹੁਤ ਛੇਤੀ ਤੋਂ ਛੇਤੀ ਗੌਰ ਕੀਤੀ ਜਾਵੇ। ਤੁਸੀਂ ਕਿਸ ਤਰ੍ਹਾਂ ਦੇਖਦੇ, ਤੁਸੀਂ ਇੰਨਾ ਪਾਣੀ ਕਦੇ ਦੇਖਿਆ ਹੈਗਾ? ਨਹੀਂ ਜੀ ਨਹੀਂ, ਇਸ ਤਰ੍ਹਾਂ ਆਪਣੀ ਲਾਈਫ ਦੇ ਵਿੱਚ ਦੇਖਿਆ ਨਹੀਂ ਹੈਗਾ, ਪਹਿਲੀ ਵਾਰ ਦੇਖ ਰਿਹਾ ਇੰਨਾ ਪਾਣੀ, ਬਹੁਤ ਤੇਜ਼ ਵਹਾਅ ਪਾਣੀ ਦਾ, ਤੇ ਸਾਡਾ ਪਿੰਡ ਤੁਸੀਂ ਦੇਖ ਹੀ ਰਿਹਾ ਜੀ ਬਹੁਤ ਜ਼ਿਆਦਾ ਨਿਮਾਣ ਤੇ ਆ, ਤੇ ਅਖਾਰ ਬਹੁਤ ਵੱਡੀ ਪੈ ਗਈ ਆ ਜਿਹੜੀ ਅੱਜ ਤੱਕ ਅਸੀਂ ਨਹੀਂ ਦੇਖੀ ਸੀਗੀ। ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜਲਦੀ ਜਲਦੀ ਇਹਦਾ ਕੰਮ ਸ਼ੁਰੂ ਕਰਿਆ ਜਾਵੇ ਤਾਂ ਜੋ ਪਾਣੀ ਪਿੰਡਾਂ ਦਾ ਪਿੰਡ ਡੁੱਬਣ ਤੋਂ ਬਚ ਸਕਣ, ਕਿਉਂ ਹੁਣ ਬਾਰਿਸ਼ ਦਾ ਟਾਈਮ ਚੱਲਦਾ, ਸਾਉਣ ਦਾ ਮਹੀਨਾ ਤੁਹਾਨੂੰ ਪਤਾ ਜੀ, ਬਾਰਿਸ਼ਾਂ ਬਹੁਤ ਤੇਜ਼ ਪੈ ਰਹੀਆਂ, ਪਹਾੜਾਂ ਦੇ ਵਿੱਚ ਵੀ ਬੱਦਲ ਫਟ ਰਹੇ ਨੇ, ਪਾਣੀ ਵੱਧ ਰਿਹਾ, ਪਿੱਛੋਂ ਵੀ ਆ ਰਿਹਾ ਬਹੁਤ ਜ਼ਿਆਦਾ, ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਬਸ ਕਿ ਸਾਨੂੰ ਜਲਦੀ ਜਲਦੀ ਇਹ ਕੰਮ ਕਰ ਦੇਣ ਤਾਂ ਸਾਨੂੰ ਸਕੂਨ ਦੀ ਨੀਂਦ ਆ ਸਕੇ। ਤੁਸੀਂ ਦੇਖਿਆ ਜੋ ਪਿੰਡ ਵਾਸੀਆਂ ਵਿੱਚ ਕਾਫੀ ਸਹਿਮ ਦਾ ਮਾਹੌਲ ਆ, ਤੁਹਾਨੂੰ ਤਸਵੀਰ ਇੱਕ ਵਾਰੀ ਫਿਰ ਦਿਖਾ ਦੇ, ਇਹ ਜੋ ਨਹਿਰਾਂ ਜੋ ਜਾ ਰਹੀ ਆ ਸਾਈਡ ਤੇ, ਇਸ ਦੇ ਨਾਲ ਨਾਲ ਜੋ ਪਟਰੀ ਆ ਉਹ ਖੁਰਲੀ ਸ਼ੁਰੂ ਹੋ ਗਈ ਆ, ਕਿਉਂਕਿ ਪਾਣੀ ਦਾ ਇੰਨਾ ਵਹਾਅ ਕਿ ਇਸ ਦਾ ਲੈਵਲ ਜ਼ਿਆਦਾ ਹੋਣ ਕਰਕੇ ਜੋ ਸਾਈਡਾਂ ਨੇ ਉਹ ਖੁਰਨੀਆਂ ਸ਼ੁਰੂ ਹੋ ਗਈਆਂ ਨੇ। ਤੁਹਾਨੂੰ ਦੂਜੇ ਪਾਸੇ ਤਸਵੀਰਾਂ ਦਿਖਾ ਦਈਏ, ਇਹ
ਜੋ ਨਹਿਰ ਆ ਉਹ ਅੱਗੇ ਜਾ ਰਹੀ ਆ ਤੇ ਤੁਹਾਨੂੰ ਅਗਲੀਆਂ ਤਸਵੀਰਾਂ ਵੀ ਦਿਖਾਉਣੇ ਆ ਵੀ ਕਿੱਥੇ ਜਿਹੜੀ ਹੈਗੀ ਆ ਅੱਗੇ ਕੀ ਸਮੱਸਿਆ ਅਤੇ ਪਿੰਡ ਵਾਲਿਆਂ ਦੀ ਅੱਗੇ ਉਹ ਕੀ ਮੰਗ ਕਰ ਰਹੇ ਨੇ। ਜੋ ਇੱਕ ਹੋਰ ਵੱਡੀ ਸਮੱਸਿਆ ਇਹ ਨਮਾਦਾ ਹੈਡ ਆ, ਇਹ ਜੋ ਸੂਏ ਦਾ ਪਾਣੀ ਆ ਇੱਥੋਂ ਬੰਦ ਕੀਤਾ ਜਾਂਦਾ ਕਿਉਂਕਿ ਇਹ ਜੋ ਹੈਡ ਹੈਗਾ ਇਹ ਬਿਲਕੁਲ ਖਰਾਬ ਹੋ ਚੁੱਕਿਆ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਇਸ ਨੂੰ ਬੰਦ ਕੀਤਾ ਜਾਂਦਾ ਕਿਉਂਕਿ ਖਰਾਬ ਹੋਣ ਦੇ ਕਰਕੇ ਜੋ ਇਸਦਾ ਗੇਟ ਆ ਬਿਲਕੁਲ ਖਰਾਬ ਹੋ ਚੁੱਕਿਆ, ਜਿਸ ਕਰਕੇ ਵੱਡੀ ਸਮੱਸਿਆ ਕਿਉਂਕਿ ਜਦੋਂ ਕੋਈ ਪਾਣੀ ਆਉਂਦਾ ਇਸ ਨੂੰ ਖੋਲ ਦਿੰਦੇ ਨੇ ਅਤੇ ਇਹ ਪਾਣੀ ਅੱਗੇ ਸੂਏ ਦੇ ਵੱਲ ਅੱਗੇ ਪਿੰਡਾਂ ਨੂੰ ਜਾਂਦਾ ਗਾ। ਪਿੰਡ ਵਾਲਿਆਂ ਦੀ ਇਹ ਵੀ ਸਮੱਸਿਆ ਕਿਉਂਕਿ ਇਸ ਨੂੰ ਠੀਕ ਕੀਤਾ ਜਾਵੇ ਕਿਉਂ ਜ਼ਿਆਦਾਤਰ ਜੋ ਹਿੱਸਾ ਇਸਦਾ ਖਰਾਬ ਹੋ ਚੁੱਕਿਆ ਤੇ ਪ੍ਰਸ਼ਾਸਨ ਨੂੰ ਇਸ ਵੱਲ ਛੇਤੀ ਤੋਂ ਛੇਤੀ ਧਿਆਨ ਦੇਣਾ ਚਾਹੀਦਾ ਕਿਉਂਕਿ ਪਿੰਡ ਵਿੱਚ ਕਾਫੀ ਸਹਿਮ ਦਾ ਮਾਹੌਲ ਵੇਖਣ ਨੂੰ ਮਿਲਿਆ। ਤੁਹਾਨੂੰ ਸਭ ਤੋਂ ਵੱਡੀ ਸਮੱਸਿਆ ਦਿਖਾ ਦਈਏ, ਜੋ ਨਹਿਰ ਦੇ ਉੱਪਰ ਕਰੋਸ ਰੈਗੂਲੇਟਰ ਬਣਿਆ ਹੋਇਆ ਉਸਦੀ ਸਮਰੱਥਾ ਘੱਟ ਹੋਣ ਦੇ ਕਰਕੇ ਤੁਸੀਂ ਸਾਫ ਵੇਖ ਸਕਦੇ ਹੋ ਪਾਣੀ ਕਿੱਥੇ ਕਿੱਥੇ ਤੱਕ ਉੱਪਰ ਤੱਕ ਪਹੁੰਚ ਚੁੱਕਿਆ ਕਿਉਂਕਿ ਜੇਕਰ ਕਰੋਸ ਰੈਗੂਲੇਟਰ ਦੀ ਸਮਰੱਥਾ ਵੱਧ ਹੋਏਗੀ ਤਾਂ ਹੀ ਗੇਟ ਖੁੱਲਣਗੇ ਤੇ ਅੱਗੇ ਪਾਣੀ ਜਾਏਗਾ, ਜਿਸ ਕਰਕੇ ਜੋ ਪਾਣੀ ਆ ਪਿੱਛੇ ਖੜ ਰਿਹਾ ਅਤੇ ਨਹਿਰ ਦਾ ਹਿੱਸਾ ਕੁਝ ਜੋ ਪੱਟੜੀ ਆ ਉਹ ਟੁੱਟਣੀ ਸ਼ੁਰੂ ਹੋ ਗਈ ਆ ਤੇ ਸਾਡੇ ਨਾਲ ਪਿੰਡ ਵਾਸੀ ਇਹਨਾਂ ਨਾਲ ਗੱਲ ਕਰਦੇ। ਜਿਹੜੀ ਇਹ ਘੱਗਰ ਬ੍ਰਾਂਚ ਹੈ, ਜਿਹੜੀ ਘੱਗਰ ਬ੍ਰਾਂਚ ਅਸੀਂ ਪਿੰਡ ਥੂਹੀ ਦੇ ਨਗਰ ਨਿਵਾਸੀ ਆ, ਜਿਹੜੀ ਲੋਕਾਂ ਦੇ ਵਿੱਚ ਬੜਾ ਡਰ ਦਾ ਮਾਹੌਲ ਹੈ ਉਹਦਾ ਕਾਰਨ ਹੈ ਜਿਹੜਾ ਇੱਕ ਤਾਂ ਜਿਹੜੀ ਆ ਸਾਹਮਣੇ ਨਹਿਰ ਦੀ ਲਾਈਨਿੰਗ ਹੈ ਜਿਹੜੀ ਉਹ ਲਾਈਨਿੰਗ ਹੈ ਲਗਭਗ 15-20 ਫੁੱਟ ਉਹ ਲਾਈਨਿੰਗ ਟੁੱਟ ਗਈ ਹੈ। ਉਹਦਾ ਕਾਰਨ ਇਹ ਹੈ ਪੁਲ ਤੇ ਜਿਹੜੇ ਕਰੋਸ ਰੈਗੂਲੇਟਰ ਹੈ ਜਿਹੜਾ ਉਹਦੀ ਕਪੈਸਿਟੀ ਹੈ ਜਿਹੜੀ ਉਹ ਪੂਰਾ ਪਾਣੀ ਖਿੱਚਣ ਦੀ ਹੈ ਨਹੀਂ ਕਿਉਂਕਿ ਮੀਂਹ ਦਾ ਪਾਣੀ ਆਉਣ ਕਾਰਨ ਪਾਣੀ ਦਾ ਪੱਧਰ ਹੈ ਜਿਹੜਾ ਲਗਭਗ ਅਧਿਕਾਰੀਆਂ ਦੇ ਕਹਿਣ ਦੇ ਮੁਤਾਬਕ 1 ਫੁੱਟ ਤੋਂ ਉੱਪਰ ਹੈ ਜਿਹੜਾ ਉਹ ਵੱਧ ਚੁੱਕਿਆ, ਪਰੰਤੂ ਉਹਦੀ ਸਮਰੱਥਾ ਜਿਹੜੀ ਉਹ ਪੂਰਾ ਪਾਣੀ ਖਿੱਚਣ ਦੀ ਹੈ ਨਹੀਂ। ਇਹ ਪਾਣੀ ਆ ਜਿਹੜਾ ਪਾਵਰ ਹਾਊਸ ਦੇ ਵਿੱਚ ਦੀ ਘੁੰਮ ਕੇ ਲੰਘਦਾ, ਪਾਵਰ ਹਾਊਸ ਹੈ ਜਿਹੜਾ ਉਹਦੇ 'ਚ ਪਾਣੀ ਅੱਜ ਕਿਸੇ ਕਾਰਨ ਨਹੀਂ ਘੁੰਮ ਰਿਹਾ, ਜਿਹਦੇ ਕਾਰਨ ਪਾਣੀ ਦਾ ਲੈਵਲ ਵਧਣ ਕਾਰਨ ਜਿਹੜਾ ਹੈਗਾ ਇਹ ਲੈਵਲ ਵੱਧ ਗਿਆ। ਇੱਕ ਹੋਰ ਅਸੀਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਬਹੁਤ ਵਾਰ ਜਿਹੜਾ ਕਹਿ ਚੁੱਕੇ ਹਾਂ ਕਿ ਜਿਹੜਾ ਨਮਾਦਾ ਹੈੱਡ ਹੈ ਇਹਦਾ ਜਿਹੜਾ ਫੱਟਾ ਜਿਹਦੇ ਨਾਲ ਪਾਣੀ ਆਪਾਂ ਬੰਦ ਕਰਦੇ ਹਾਂ ਜਿਹੜਾ ਸੂਏ ਦਾ ਉਹ ਬੰਦ ਹੀ ਨਹੀਂ ਹੁੰਦਾ। ਇੱਥੇ ਅਸੀਂ ਅਧਿਕਾਰੀਆਂ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਪਰੰਤੂ ਕਿਸੇ ਅਧਿਕਾਰੀ ਦੇ ਕੰਨ 'ਤੇ ਜੂੰ ਨਹੀਂ ਸਰਕੀ। ਉੱਚ ਅਧਿਕਾਰੀਆਂ ਦੇ ਇਸ ਤੋਂ ਤੱਕ ਕਿ ਐਸਸੀ ਐਕਸੀਐਨ ਦੇ ਵੀ ਇਹ ਮਾਮਲਾ ਧਿਆਨ ਦੇ ਵਿੱਚ ਹੈ ਪਰੰਤੂ ਜਿਹੜੇ ਅਧਿਕਾਰੀ ਨੇ ਕੋਈ ਵੀ ਧਿਆਨ ਨਹੀਂ ਦੇ ਰਹੇ। ਅਸੀਂ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਪ੍ਰਾਇਓਰਟੀ ਦੇ ਆਧਾਰ 'ਤੇ ਇਹ ਜਿਹੜਾ ਸਮੁੱਚਾ ਮਸਲਾ ਉਹ ਹੱਲ ਕੀਤਾ ਜਾਵੇ। ਪਾਵਰ ਗ੍ਰਿਡ 'ਚ ਨਹੀਂ ਘੁੰਮਦਾ, ਪਿੱਛੋਂ ਪਾਣੀ ਮੀਹਾਂ ਦਾ ਜਾਂ ਕਿਸੇ ਕਾਰਨ ਜ਼ਿਆਦਾ ਆ ਗਿਆ ਤਾਂ ਵੱਡੇ ਜਿਹੜੇ ਹੈਗੇ ਨੇ ਨਹਿਰ ਟੁੱਟ ਵੀ ਸਕਦੀ ਆ, ਜਿਹੜੇ ਹਾਲਾਤ ਨੇ ਉਹ ਬਹੁਤ ਗੰਭੀਰ ਹੋ ਸਕਦੇ ਨੇ। ਜਿਹੜੇ ਸੂਬੇਪੁਰ ਵਿੱਚ ਤਾਂ ਅੱਜ ਮੂਸਲਾਧਾਰ ਬਾਰਿਸ਼ ਵੀ ਬਹੁਤ ਆ, ਹੁਣ ਵੀ ਬੱਦਲ ਜਿਹੜਾ ਹੈਗਾ ਆਸਮਾਨ 'ਤੇ ਛਾਇਆ ਹੋਇਆ, ਕੀ ਲੱਗਦਾ ਜਿਹੜਾ ਹੋਰ ਵੀ ਵੱਧ ਸਕਦਾ ਪਾਣੀ ਤਾਂ? ਦੇਖੋ ਪਾਣੀ ਹੋਰ ਵੱਧ ਸਕਦਾ ਲੇਕਿਨ ਮੈਂ ਸਮਝਦਾ ਵੀ ਕਿ ਮਹਿਕਮੇ ਦੀ ਵੱਡੀ ਅਣਗਹਿਲੀ ਹੈ ਕਿ ਇਸ ਮਾਮਲੇ ਦੇ ਉੱਤੇ ਤੁਰੰਤ ਧਿਆਨ ਦੇ ਕੇ ਕੋਈ ਜਿਹੜਾ ਹੈਗਾ ਵਧੀਆ ਜਿਹੜਾ ਫੈਸਲਾ ਮਹਿਕਮੇ ਨੂੰ ਲੈਣਾ ਚਾਹੀਦਾ। ਬਿਲਕੁਲ ਹੋ ਸਕਦਾ ਜੀ, ਸਾਡੇ ਤਾਂ ਪਟੜੀ ਖੁੱਲ ਰਹੀ ਹੈ ਜੀ, ਗਿਰ ਰਹੀਆਂ ਨੇ ਇੱਟਾਂ ਜਿਹੜੀਆਂ ਪਹਿਲਾਂ ਦੀਆਂ ਲੱਗੀਆਂ ਹੋਈਆਂ ਨੇ, ਪਾਣੀ ਉਹ ਇੰਨਾ ਸੜਤਾ ਨਹਿਰ ਦੇ ਵਿੱਚ ਅਸੀਂ ਤਾਂ ਕਦੇ ਦੇਖਿਆ ਨਹੀਂ ਹੈਗਾ। ਕੁਛ ਵਾਰਸ ਕਰਕੇ ਵੀ ਹੋ ਰਿਹਾ ਜੀ, ਵਾਰਸ ਕਰਕੇ ਮਗਰ ਪਾਣੀ ਵੱਧ ਗਿਆ ਹੋਊਗਾ, ਕੁਛ ਆ ਸਾਡੀਆਂ ਸਾਈਡਾਂ ਸੁੱਡਾਂ ਸਾਫ਼ ਕਰੀ ਜਾਂਦੇ ਨੇ, ਮੈਂ ਤਾਂ ਦੇਖਿਆ ਜੀ ਜ਼ਿਆਦਾ ਸਾਡੇ ਨਰੇਗਾ ਕਰਕੇ ਹੋਇਆ ਜੀ, ਸਾਡੀਆਂ ਸਾਈਡਾਂ ਨੇ ਜਿਹੜੀਆਂ ਉਹ
ਘਾਹ ਵੀ ਸਾਫ਼ ਕਰੀ ਜਾਂਦੇ ਨੇ। ਮੈਂ ਤਾਂ ਕਈ ਗੱਲ ਕੰਮ ਕਰਾਉਣ ਵਾਲਿਆਂ ਨੂੰ ਵੀ ਕਿਹਾ ਵੀ ਯਾਰ ਤੁਸੀਂ ਘਾਹ ਤਾਂ ਨਾ ਸਾਫ਼ ਕਰਾਓ, ਜੇ ਨਾ ਗੌਰ ਹੋਈ ਜੀ ਤਾਂ ਨੁਕਸਾਨ ਹੋ ਸਕਦਾ ਜੀ। ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆ ਕੇ ਦੇਖਣ, ਜਿਵੇਂ ਉਹਨਾਂ ਨੂੰ ਲੱਗਦਾ ਪਾਣੀ ਘਟਾਉਣ ਜਾਂ ਜਿਵੇਂ ਮਰਜ਼ੀ ਕਰਨ ਜਾਂ ਕੁਛ ਵੀ ਕਰਨ, ਕੁਛ ਵੀ ਵੱਡਾ ਤੋਂ ਵੱਡਾ ਨੁਕਸਾਨ ਹੋ ਸਕਦਾ। ਸਮੱਸਿਆ ਦਾ ਹੱਲ ਨਹੀਂ ਹੁੰਦਾ, ਜੇ ਨਹੀਂ ਹੁੰਦਾ ਸਮੱਸਿਆ ਦਾ ਹੱਲ ਅਸੀਂ ਉਰੇ ਜੀ ਬੈਠਾਂਗੇ ਧਰਨਾ ਲਾ ਕੇ, ਸਾਰੇ ਪਿੰਡ ਅਸੀਂ ਰਾਏ ਕਰ ਰਹੇ ਵੀ ਕਿਵੇਂ ਕਰੀਏ, ਜੇ ਨਾ ਆਇਆ ਕੋਈ ਪ੍ਰਸ਼ਾਸਨ ਦਾ ਬੰਦਾ ਅਸੀਂ, ਜੇ ਕੋਈ ਇਹਨਾਂ ਨੇ ਇੰਤਜ਼ਾਮ ਨਾ ਕਰਿਆ ਫਿਰ ਅਸੀਂ ਇਕੱਠੇ ਹੋ ਕੇ ਜੀ। ਪੂਰਾ ਮਾਹੌਲ ਹੈ ਜੀ ਡਰ ਦਾ, ਡਰ ਦਾ ਪੂਰਾ ਮਾਹੌਲ ਹੈ, ਪੂਰੇ ਪਿੰਡ ਚ ਮਾਹੌਲ ਹੈ ਡਰ ਦਾ ਵੀ ਕੀ ਪਤਾ ਹੋਰ ਪਾਣੀ ਵੱਧ ਗਿਆ ਫਿਰ ਕੀ ਹੋ ਜਾਏ। ਰਾਤ ਨੂੰ ਤਾਂ ਕੋਈ ਪਤਾ ਨੀ ਜੀ, ਤਾਂ ਦਿਨ ਚ ਪਤਾ ਲੱਗ ਗਿਆ ਨਾ, ਰਾਤ ਦਾ ਕੀ ਪਤਾ ਕੀ ਹੋ ਜਾਏ। ਇਹ ਗੇਟਾਂ ਦੀ ਸਮਰੱਥਾ ਬਿਲਕੁਲ ਘੱਟ ਹੈ ਜੀ ਕ੍ਰੋਸ ਲੈਵਲ ਦੀ, ਅਗਰ ਪਾਣੀ ਪਿੱਛੋਂ ਜ਼ਿਆਦਾ ਆ ਜਾਂਦਾ ਤਾਂ ਇਹਨੇ ਵੀ ਨੀ ਉੱਠਣਾ, ਇਹ ਗੇਟਾਂ ਨੇ ਉੱਠਣਾ ਨਹੀਂ। ਉੱਧਰੋਂ ਦੂਸਰੇ ਪਾਸੇ ਲੱਗ ਕੇ ਸਾਡਾ ਪਿੰਡ ਗਿਆ, ਸਾਡੇ ਪਿੰਡ ਨੂੰ ਬਹੁਤ ਵੱਡੀ ਸਮੱਸਿਆ ਜੀ, ਇਹ ਬਹੁਤ ਵੱਡਾ ਖਤਰਾ ਬਣਿਆ ਹੋਇਆ ਇਸ ਟਾਈਮ। ਪਿੱਛੋਂ ਆ ਜਾਂਦਾ ਵੱਧ ਤਾਂ ਇਹ ਗੇਟਾਂ ਨੇ ਬਿਲਕੁਲ ਨੀ ਉੱਠਣਾ ਜੀ। ਜਿਵੇਂ ਇਹ ਕ੍ਰੋਸ ਰੈਗੂਲੇਟਰ ਹੈ ਲੱਗਦਾ ਕਾਫੀ ਪੁਰਾਣਾ ਹੈਗਾ, ਇਹਨੂੰ ਮੋਡੀਫਾਈ ਨਹੀਂ ਕੀਤਾ ਜਿਹੜਾ ਹੈਗਾ ਨਹਿਰੀ ਵਿਭਾਗ ਨੇ, ਮੋਡੀਫਾਈ ਤਾਂ ਜੀ ਜਦੋਂ ਆਹ ਗ੍ਰਿਡ ਲੱਗਿਆ ਉਦੋਂ ਬਾਅਦ ਇਹਨਾਂ ਨੇ ਕੀਤਾ ਤਾਂ ਹੈ, ਲੇਕਿਨ ਜਦੋਂ ਪਾਣੀ ਦਾ ਬਹਾਅ ਤੇਜ਼ ਹੁੰਦਾ ਤਾਂ ਇਹ ਨਹੀਂ ਉੱਪਰ ਉੱਠਦੇ। ਇਹਦਾ ਹੱਲ ਇਹੀ ਹੈ ਜੀ, ਆ ਤਾਂ ਇਹਨੂੰ ਪੱਟ ਕੇ ਕੋਈ ਇਹਦਾ ਸਿੱਧਾ ਹੱਲ ਕੀਤਾ ਜਾਵੇ, ਪਾਣੀ ਨੂੰ ਇਸ ਤਰੀਕੇ ਨਾਲ ਵੰਡਿਆ ਜਾਵੇ ਵੀ ਪਾਣੀ ਨਿਕਲ ਸਕੇ, ਜਿਹੜਾ ਪਿੱਛੋਂ ਪਾਣੀ ਆਵੇ ਉਹ ਤਾਂ ਘੱਟੋ ਘੱਟ ਨਿਕਲ ਸਕੇ। ਇਹ ਤਾਂ ਗੇਟ ਲੱਗਦੇ ਹੀ ਨੇ, ਲੱਗਦੇ ਨੇ, ਅਗਰ ਉੱਧਰਲਾ ਗੇਟ ਮਾੜਾ ਜਿਹਾ ਫਸ ਜਾਂਦਾ ਤਾਂ ਸਾਡਾ ਸਾਰਾ ਪਿੰਡ ਡੁੱਬ ਸਕਦਾ ਜੀ, ਬਹੁਤ ਵੱਡਾ ਖਤਰਾ ਜੀ ਇਹ, ਸਾਨੂੰ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਤੁਸੀਂ ਵੇਖਿਆ ਜੋ ਪਿੰਡ ਵਾਸੀ ਨੇ ਸਾਫ਼ ਤੌਰ ਤੇ ਕਹਿ ਰਹੇ ਨੇ ਜੋ ਕ੍ਰੋਸ ਰੈਗੂਲੇਟਰ ਦੀ ਵੱਡੀ ਸਮੱਸਿਆ, ਕਿਉਂਕਿ ਇੱਥੇ ਪਾਣੀ ਜਮ੍ਹਾਂ ਹੋ ਰਿਹਾ, ਕਿਉਂਕਿ ਜੋ ਇਸਦੀ ਕਪੈਸਿਟੀ ਆ ਉਸਦੀ ਬਹੁਤ ਹੀ ਘੱਟ ਆ, ਜਦੋਂ ਕਿ ਜ਼ਿਆਦਾ ਹੋਣੀ ਚਾਹੀਦੀ ਆ, ਜਿਸ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਆ, ਜਿਸ ਕਰਕੇ ਲਗਾਤਾਰ ਜੋ ਪਟੜੀ ਜੋ ਮਿੱਟੀ ਦਾ ਜਿਹੜਾ ਹੈਗਾ ਨਾਲ ਹਿੱਸਾ ਟੁੱਟ ਰਿਹਾ ਹੈਗਾ, ਅਤੇ ਪਿੰਡ ਵਾਸੀਆਂ ਦੀ ਮੰਗ ਆ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ। ਨਾਬਲ ਭੁਪਿੰਦਰ ਸਿੰਘ, ਨਿਊਜ਼ 18 ਪੰਜਾਬ। ਮੇਰਾ ਨਾਮ ਜੀ ਹੈਰੀ ਗੋਇਲ, SDO ਲਹਿਲ ਸਬ ਡਿਵੀਜ਼ਨ ਪਟਿਆਲਾ ਜੀ। ਕਾਰਨ ਜੀ ਇਹਨਾਂ ਦਾ ਪਾਵਰ ਹਾਊਸ ਜਿਹੜਾ ਆਪਾਂ ਇਹਨਾਂ ਨੇ ਪਾਵਰ ਹਾਊਸ ਚਲਾਉਂਦੇ ਨੇ ਆਪਣੇ ਥੂਈ ਹੈੱਡ ਦੇ ਜੀ, ਇਹ ਇਹਨਾਂ ਦੀ ਸਪਲਾਈ ਬੰਦ ਹੋਈ ਹੈਗੀ ਪਿੱਛੋਂ, ਉਹਦੇ ਕਰਕੇ ਇੱਥੇ ਪਾਣੀ ਥੋੜ੍ਹਾ ਜ਼ਿਆਦਾ ਹੈਡਅਪ ਹੋ ਗਿਆ ਜੀ, ਅਤੇ ਉਹ ਸਪਲਾਈ ਠੀਕ ਕਰ ਰਹੇ ਨੇ, ਜਦੋਂ ਸਪਲਾਈ ਠੀਕ ਹੋ ਗਈ ਇੱਥੇ ਪਾਣੀ ਆਪਣਾ ਆਟੋਮੈਟਿਕਲੀ ਰਿਡਿਊਸ ਹੋ ਜੂਗਾ ਜੀ, ਪਾਣੀ ਆਪਣਾ ਹੈਗਾ ਜੀ ਇੱਥੇ ਫੁੱਟ ਕੁ ਵੱਧ ਹੈ ਜੀ ਨੋਰਮਲ ਨਾਲੋਂ। ਨਹੀਂ ਬਸ ਵੈਸੇ ਇਸ ਤਰ੍ਹਾਂ ਆਪਾਂ ਕੁਛ ਕਹਿ ਨਹੀਂ ਸਕਦੇ, ਪਰ ਕੰਟਰੋਲ ਹੋ ਜਾਏਗਾ, ਜਲਦੀ ਹੋ ਜਾਏਗਾ, ਪੰਜ ਆਪਣਾ 15-20 ਮਿੰਟਾਂ ਦੀ ਆਪਾਂ ਨੂੰ ਹੈਗਾ ਡਾਊਟ ਵੀ ਹੋ ਜਾਏਗਾ ਕਲੀਅਰ 15-20 ਮਿੰਟਾਂ 'ਚ ਜੀ। ਪਾਣੀ ਕ੍ਰੋਸ ਹੁੰਦੇ ਇੱਥੇ ਵੀ ਪਾਣੀ ਹੈ ਜਿਹੜਾ ਪਾਣੀ ਆਇਆ ਜੀ, ਇੱਕ ਤਾਂ ਆਪਣਾ ਪਾਵਰ ਹਾਊਸ ਚੱਲਦਾ, ਇੱਕ ਆਪਣੇ ਗੇਟ ਖੁੱਲੇ ਨੇ ਗੇ, ਪਾਵਰ ਹਾਊਸ ਚੱਲੇਗਾ ਉਹ ਵੀ ਪਾਣੀ ਲਏਗਾ, ਹੈੱਡ ਤੇ ਪਾਣੀ ਉਰੇ ਥੋੜਾ ਡਾਊਨ ਹੋਏਗਾ ਉਹਦੇ ਨਾਲ ਜੀ, ਤੇ ਨਾਲ ਆਪਣੇ ਗੇਟ ਖੁੱਲੇ, ਦੋਨਾਂ ਪਾਸੇ ਅਸਰ ਪਏਗਾ ਜੀ ਇਸ ਗੱਲ ਦਾ। ਹਾਂਜੀ ਹਾਂਜੀ, ਉਸਦਾ ਪਾਣੀ ਇਸ ਤਰ੍ਹਾਂ ਵੀ ਕੋਈ ਹਾਲਾਤ ਹੁੰਦੇ ਨੇ ਤਾਂ ਆਪਾਂ ਕ੍ਰੋਸ ਰੈਗੂਲੇਟਰ ਗੇਟ ਖੁੱਲਦੇ ਨੇ ਜੀ, ਉਹਨਾਂ 'ਚ ਪਾਣੀ ਆਪਾਂ ਕਾਫੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਬਾਕੀ ਇਸ ਕੋਈ ਹੋਰ ਅਲਟਰਨੇਟਿਵ ਇਸ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਜਾਵੇਗਾ ਜੀ ਐਕਸੈਸ ਹਿਸਾਬ ਨਾਲ, ਅੱਗੇ ਹਾਇਰ ਅਫੀਸ਼ੀਅਲ ਨਾਲ ਵੀ ਕੋਈ ਐਸਕੇਪ ਵਗੈਰਾ ਜਾਂ ਜੋ ਵੀ ਉਹਨਾਂ ਪ੍ਰਪੋਜ਼ਲ ਅੱਗੇ ਜਿਵੇਂ ਵੀ ਬਣਦੇ ਜੀ। ਗੇਟਾਂ ਦਾ ਜੀ ਬੰਦੀ ਆਊਗੀ, ਆਪਾਂ ਨੂੰ ਬੰਦੀ ਮਿਲੂਗੀ ਉਸ 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 ਦੌਰਾਨ, ਇਹਨਾਂ ਨੂੰ ਕੱਢ ਕੇ ਬਾਹਰ ਆਉਣਾ, ਇਹਨਾਂ ਦਾ ਗ੍ਰਾਇੰਡਿੰਗ ਵਗੈਰਾ ਕਰਕੇ ਇਹਨਾਂ ਨੂੰ ਠੀਕ ਹਾਲਤ 'ਚ ਕੀਤਾ ਜਾਊਗਾ ਜੀ।